ਦੋਸਤੋ, ਅੱਜ ਤੁਹਾਡੇ ਨਾਲ ਕੁਛ ਤਾਜ਼ਾ ਜੋ ਹਾਲਾਤ ਪੈਦਾ ਹੋ ਰਹੇ ਨੇ ਪੰਜਾਬ ਦੇ ਵਿੱਚ ਉਹਦੇ ਮੁਤਲਕ ਚਰਚਾ ਕਰਨਾ ਚਾਹੁੰਦਾ ਮੈਂ। ਔਰ ਸਭ ਤੋਂ ਪਹਿਲਾਂ ਇੰਪੋਰਟੈਂਟ, ਜਿਹੜੀ ਕੱਲ੍ਹ ਜਸਟਿਸ ਜ਼ੋਰਾ ਸਿੰਘ, ਇੱਕ ਰਿਟਾਇਰਡ ਜੱਜ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਇੰਡਕਟ ਕੀਤਾ ਪਾਰਟੀ ਵਿੱਚ, ਉਹਨਾਂ ਮੁਤਲਕ ਮੈਂ ਹੈਰਾਨ ਹਾਂ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੋਈ ਇਲਮ ਨਹੀਂ ਹੈ ਇਹ ਕੌਣ ਹੈ ਜਸਟਿਸ ਜ਼ੋਰਾ ਸਿੰਘ। ਜਸਟਿਸ ਜ਼ੋਰਾ ਸਿੰਘ ਇੱਕ ਹਾਈਲੀ ਡਿਸਕ੍ਰੈਡਿਟਡ ਆਦਮੀ ਹੈ ਜਿਸ ਨੇ ਆਪਣੀ ਕੌਮ ਦੇ ਨਾਲ, ਆਪਣੇ ਪੰਜਾਬ ਦੇ ਨਾਲ ਧੋਖਾ ਕੀਤਾ। ਇਹ ਉਹੀ ਜਸਟਿਸ ਜ਼ੋਰਾ ਸਿੰਘ ਹੈ ਜਿਹਨੂੰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਮਿਸ਼ਨ ਦਾ ਚੇਅਰਮੈਨ ਬਣਾਇਆ ਸੀ ਆਪਣੀ ਟੈਨਿਓਰ ਵਿੱਚ। ਪਹਿਲੀ ਗੱਲ ਤਾਂ ਇਹਦੇ 'ਤੇ ਠੱਪਾ ਵਾ ਬਾਦਲ ਦੇ ਟੱਪਰ ਦਾ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਸਰਕਾਰਾਂ ਕਮਿਸ਼ਨ ਰਿਟਾਇਰਡ ਜੱਜਸ ਦਾ ਕਿਉਂ ਬਣਾਉਂਦੇ ਨੇ, ਤਾਂ ਕਿ ਜੋ ਉਹ ਫੈਸਲਾ ਸੁਣਾਉਣਾ ਚਾਹੁਣ ਉਹਦੇ 'ਤੇ ਉਹ ਰਿਟਾਇਰਡ ਜੱਜ ਮੋਹਰ ਲਾ ਦੇਵੇ। ਔਰ ਜਸਟਿਸ ਜ਼ੋਰਾ ਸਿੰਘ ਨੇ ਥੋੜ੍ਹੇ ਜਿਹੇ ਪੈਸਿਆਂ ਵਾਸਤੇ, ਥੋੜ੍ਹੀ ਜਿਹੀ ਤਨਖਾਹ ਵਾਸਤੇ ਗੱਡੀਆਂ ਮੋਟਰਾਂ ਸਿਕਿਉਰਿਟੀ ਲੈ ਲਈ ਰਿਪੋਰਟ ਕਮਿਸ਼ਨ ਦਾ ਹੈੱਡ ਬਣਨ ਲਈ। ਔਰ ਕਮਿਸ਼ਨ ਦਾ ਹੈੱਡ ਬਣ ਕੇ ਉਹਨੇ ਜਿਹੜੀ ਰਿਪੋਰਟ ਤਿਆਰ ਕੀਤੀ, ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਰਿਪੋਰਟ ਕਿੱਥੇ ਹੋ। ਜਿੱਦਣ ਉਹ ਰਿਪੋਰਟ ਦੇਣ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਹਿਬਲ ਕਲਾਂ ਗੋਲੀ ਕਾਂਡ ਦੀ, ਤੁਸੀਂ ਸਾਰੇ ਜਾਣਦੇ ਹੋ ਕਿ ਸੈਕਟਰੀਏਟ ਵਿੱਚ ਚੀਫ ਸੈਕਟਰੀ ਦੇ ਦਫ਼ਤਰ ਦੇ ਬਾਹਰ ਘੰਟਿਆਂ ਬੱਧੀ ਖੜਾ ਰਿਹਾ। ਪਹਿਲਾਂ ਇੱਕ ਚਪੜਾਸੀ ਨੇ ਕਿਹਾ ਕਿ ਜੀ ਮੈਨੂੰ ਰਿਪੋਰਟ ਦੇ ਦਿਓ, ਅਤੇ ਇਸ ਨੇ ਗੁੱਸਾ ਕੀਤਾ ਕਿ ਨਹੀਂ ਮੈਂ ਤਾਂ ਚੀਫ ਸੈਕਟਰੀ ਨੂੰ ਰਿਪੋਰਟ ਦਿਆਂ। ਕਿਸੇ ਮਾਮੂਲੀ ਜਿਹੇ ਅਫਸਰ ਨੇ ਆਣ ਕੇ ਜਸਟਿਸ ਜ਼ੋਰਾ ਸਿੰਘ ਦੀ ਉਹ ਕਮਿਸ਼ਨ ਦੀ ਰਿਪੋਰਟ ਲੈ ਲਈ, ਇਸ ਨੇ ਉਹਨੂੰ ਦੇ ਦਿੱਤੀ। ਔਰ ਉਸ ਰਿਪੋਰਟ ਦੇ ਉੱਤੇ ਨਾ ਬਾਦਲਾਂ ਨੇ ਐਕਸ਼ਨ ਲਿਆ, ਨਾ ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਵਰਥਵਾਈਲ ਸਮਝਿਆ ਕਿ ਮੈਂ ਇਹਦੀ ਕੋਗਨੀਜੈਂਸ ਲਵਾਂ, ਕਿਉਂਕਿ ਉਸ ਰਿਪੋਰਟ ਵਿੱਚ ਕੁਛ ਨਹੀਂ ਸੀਗਾ। ਉਲਟਾ ਦੋਸ਼ੀ ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਨੇ ਬਹਿਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰਿਆ ਸੀ ਗੋਲੀ ਮਾਰ ਕੇ, ਇਸ ਜ਼ੋਰਾ ਸਿੰਘ ਨੇ ਉਹਨਾਂ ਨੂੰ ਬਚਾਇਆ। ਇਸ ਜ਼ੋਰਾ ਸਿੰਘ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਕਿਹਨਾਂ ਲੋਕਾਂ ਨੇ ਪੋਸਟਰ ਲਵਾਏ ਸੀ, ਕਿਹੜੇ ਡੇਰੇ ਵਾਲਿਆਂ ਨੇ ਵਾਰਨਿੰਗ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਲੀਆਂ ਵਿੱਚ ਉਹਨਾਂ ਦਾ ਅਪਮਾਨ ਕੀਤਾ। ਤੁਹਾਡਾ ਕੀ ਖਿਆਲ ਹੈ ਕਿ ਜਸਟਿਸ ਜ਼ੋਰਾ ਸਿੰਘ ਨੂੰ ਪਤਾ ਨਹੀਂ ਸੀਗਾ? ਅਗਰ ਜਸਟਿਸ ਰਣਜੀਤ ਸਿੰਘ ਇੱਕ ਵੋਲੂਮਿਨਸ ਰਿਪੋਰਟ ਬਣਾ ਸਕਦੇ ਨੇ 573 ਸਫ਼ੇ ਦੀ, ਸਾਰੇ ਤੱਥ ਲੈ ਕੇ ਆ ਸਕਦੇ ਸਾਹਮਣੇ ਔਰ ਸਾਰੀਆਂ ਗੱਲਾਂ ਉਜਾਗਰ ਕਰ ਸਕਦੇ ਨੇ ਅਤੇ ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾ ਸਕਦੇ ਨੇ, ਕਿ ਜਸਟਿਸ ਜ਼ੋਰਾ ਸਿੰਘ ਨੇ ਕੋਈ ਕੋਸ਼ਿਸ਼ ਕੀਤੀ? ਇਸ ਲਈ ਮੈਂ ਕਿਹਾ ਕਿ ਹੀ ਇਜ਼ ਅ ਹਾਈਲੀ ਡਿਸਕ੍ਰੈਡਿਟਡ ਆਦਮੀ, ਔਰ ਉਹ ਆਦਮੀ ਜਿਸ ਨੇ ਕੌਮ ਨਾਲ ਗਦਾਰੀ ਕੀਤੀ, ਹੀ ਇਜ਼ ਬੇਸਿਕਲੀ ਅ ਟ੍ਰੇਟਰ। ਔਰ ਅਰਵਿੰਦ ਕੇਜਰੀਵਾਲ ਨੇ ਇੱਕ ਟ੍ਰੇਟਰ ਨੂੰ, ਇੱਕ ਜਿਹੜਾ ਆਦਮੀ ਬਿਟਰੇ ਕਰਦਾ, ਜਿਹੜਾ ਵਿਸ਼ਵਾਸਘਾਤ ਕਰਦਾ ਥੋੜ੍ਹੀ ਤਨਖਾਹ ਭੱਤੇ ਸਿਕਿਉਰਿਟੀ ਗੱਡੀਆਂ ਮੋਟਰਾਂ ਲੈਣ ਵਾਸਤੇ, ਇਹ ਉਹੀ ਜਸਟਿਸ ਜ਼ੋਰਾ ਸਿੰਘ ਹੈ ਜਿੱਦਾਂ ਦਾ ਜਸਟਿਸ ਨਾਰੰਗ ਸੀ ਜਿਹਨੇ ਰਾਣੇ ਗੁਰਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਮਾਫ਼ ਕਰਨਾ, ਚੰਗਾ ਨਹੀਂ ਲੱਗਦਾ, ਜਸਟਿਸ ਜਿੰਦਲ ਜਿਸ ਨੇ ਮਲੂਕੇ ਨੂੰ ਬਚਾਇਆ ਸੀ, ਇਹ ਇੱਕੋ ਕੈਟੇਗਰੀ ਦੇ ਲੋਕ ਨੇ। ਔਰ ਰਿਟਾਇਰਡ ਜੱਜਸ ਮੋਸਟਲੀ ਪਲਾਇਬਲ ਜੱਜਸ ਹੁੰਦੇ ਨੇ, ਗਵਰਨਮੈਂਟਾਂ ਕਮਿਸ਼ਨ ਬਣਾਉਂਦੀਆਂ ਨੇ ਚੀਜ਼ਾਂ ਨੂੰ ਠੰਡੇ ਬਸਤੇ ਵਿੱਚ ਪਾਉਣ ਵਾਸਤੇ। ਬਾਦਲ ਨੇ ਇਹ ਦੇਖਿਆ ਕਿ ਮੈਂ ਕਿਸ ਨੂੰ ਲੱਭ ਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਠੰਡੇ ਬਸਤੇ 'ਚ ਪਾ ਦਿਆਂ, ਇਹ ਲੱਭਿਆ ਉਹਨਾਂ ਨੂੰ ਜਸਟਿਸ ਜ਼ੋਰਾ ਸਿੰਘ। ਔਰ ਮੈਂ ਚੰਗਾ ਤਾਂ ਨਹੀਂ ਲੱਗਦਾ ਇਹਦਾ ਜਿਹੜਾ ਟਰੈਕ ਰਿਕਾਰਡ ਵੀ ਹੈ ਜਸਟਿਸ ਜ਼ੋਰਾ ਸਿੰਘ ਦਾ, ਇਟ ਇਜ਼ ਨੋਟ ਵਿਦਆਊਟ ਯੂ ਨੋ ਐਲੀਗੇਸ਼ਨਸ। ਔਰ ਇਸ ਜਸਟਿਸ ਜ਼ੋਰਾ ਸਿੰਘ ਨੂੰ ਲੈ ਕੇ ਅਤੇ ਆਮ ਆਦਮੀ ਪਾਰਟੀ ਕੋਠਿਆਂ 'ਤੇ ਚੜ੍ਹ ਕੇ ਰੌਲਾ ਪਾ ਰਹੀ ਹੈ। ਮੈਂ ਇਸ ਨੂੰ ਆਮ ਆਦਮੀ ਪਾਰਟੀ ਦਾ ਦਿਵਾਲਿਆਪਨ ਕਰਾਰ ਦਿੰਦਾ ਵਾਂ। ਉਹ ਕਹਿੰਦੇ ਨੇ ਨਾ ਕਿ 0+0=0, ਇਹ ਜਸਟਿਸ ਜ਼ੋਰਾ ਸਿੰਘ ਦੀ ਜਿਹੜੀ ਜੁਆਇਨਿੰਗ ਹੈ ਆਮ ਆਦਮੀ ਪਾਰਟੀ ਦਾ। ਔਰ ਸਭ ਤੋਂ ਵੱਡਾ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਵਾ ਕਿ ਇਸ ਤਰ੍ਹਾਂ ਦੇ ਐਂਟੀ ਸਿੱਖ ਅਫਸਰ ਨੂੰ, ਐਂਟੀ ਪੰਜਾਬ ਅਫਸਰ ਨੂੰ, ਜਿਸ ਨੇ ਇਨਸਾਫ ਪਸੰਦੀ ਦੇ ਰਾਹ ਦੇ ਵਿੱਚ ਅੜਿੱਕਾ ਪਾਇਆ, ਬੋਗਸ ਰਿਪੋਰਟ ਦਿੱਤੀ ਜਿਹਦੀ ਰਿਪੋਰਟ ਨੂੰ ਕਦੀ ਕਿਸੇ ਨੇ ਕੰਸਿਡਰ ਵੀ ਨਹੀਂ ਕੀਤਾ, ਇਸ ਤਰ੍ਹਾਂ ਦੇ ਆਦਮੀ ਨੂੰ ਆਮ ਆਦਮੀ ਪਾਰਟੀ ਵਿੱਚ ਲੈ ਕੇ, ਸਿਰਫ ਕਿਉਂਕਿ ਲੋਕ ਸਭਾ ਦੇ ਕੈਂਡੀਡੇਟ ਨਹੀਂ ਲੱਭ ਰਹੇ, ਸ਼ਾਇਦ ਇਹਨੂੰ ਫਤਿਹਗੜ੍ਹ ਸਾਹਿਬ ਦੀ ਜਿਹੜੀ ਰਿਜ਼ਰਵ ਸੀਟ ਆ ਉਹਦੇ ਤੋਂ ਉਮੀਦਵਾਰ ਬਣਾਉਣਗੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਦਾਂ ਦੀ ਆਮ ਆਦਮੀ ਪਾਰਟੀ ਦਾ ਕੀ ਇਹਨਾਂ ਦੀ ਸੋਚ ਅਤੇ ਕੀ ਵਿਚਾਰਧਾਰਾ। ਔਰ ਭਗਵੰਤ ਮਾਨ ਨੂੰ ਇਹ ਵੀ ਕਲੈਰੀਫਾਈ ਕਰਨਾ ਚਾਹੀਦਾ, ਜਸਟ ਅਰਵਿੰਦ ਕੇਜਰੀਵਾਲ ਰੋਜ਼ ਕਹਿੰਦੇ ਨੇ ਕਿ SYL ਦਾ ਜਿਹੜਾ ਫੈਸਲਾ, ਉਹ ਜੋ ਸੁਪਰੀਮ ਕੋਰਟ ਫੈਸਲਾ ਦੇਵੇਗੀ ਸਾਨੂੰ ਪ੍ਰਵਾਨ ਹੋਵੇਗਾ। ਕੀ ਪੰਜਾਬ ਦੇ ਆਮ ਆਦਮੀ ਪਾਰਟੀਆਂ ਦੇ ਆਗੂਆਂ ਨੂੰ SYL ਦਾ ਫੈਸਲਾ ਜੋ ਸੁਪਰੀਮ ਕੋਰਟ ਦੇਵੇਗੀ, ਜਿਹੜਾ ਐਂਟੀ ਪੰਜਾਬ ਆਵੇਗਾ, ਜਿਹੜਾ ਪੱਕਾ ਯਕੀਨ ਹੈ ਕਿ ਤੁਹਾਨੂੰ ਪ੍ਰਵਾਨ ਹੈ ਮਾਨ ਸਾਹਿਬ ਔਰ ਜਿਹੜੇ ਤੁਸੀਂ ਤੁਹਾਡੇ ਨਾਲ ਲੋਕ ਨੇ, ਕਿ ਕੇਜਰੀਵਾਲ ਸਾਹਿਬ ਦੇ ਉਸ ਬਿਆਨ ਦੀ ਤੁਸੀਂ ਸਮਰਥਨ ਕਰਦੇ ਹੋ? ਫਰਜ਼ ਕਰੋ
ਸਭਾ 'ਚ ਮਤਾ ਪਾਸ ਕਰਕੇ ਇਸ ਤਰ੍ਹਾਂ ਦੇ ਅਨਕੋਨਸਟੀਟਿਊਸ਼ਨਲ ਆਰਡਰਸ ਦਾ ਦਾ ਵਿਰੋਧ ਕਰਾਂਗੇ ਕਿਉਂਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਪਾਣੀ ਨਹੀਂ ਹੈ ਨਾ ਅਸੀਂ ਸਾਡਾ ਤਾਂ ਪਾਣੀ ਪਹਿਲਾਂ ਹੀ ਰਾਜਸਥਾਨ ਅਤੇ ਹਰਿਆਣਾ ਲੈ ਗਿਆ ਇਸ ਲਈ ਸਤਿਕਾਰਯੋਗ ਪੰਜਾਬ ਦੇ ਨਾਲ ਕਨੈਕਟਡ ਜਿੰਨੇ ਵੀ ਤੁਸੀਂ ਜੀ ਹੋਸ਼ ਵਿਅਕਤੀ ਹੋ ਇਹਨਾਂ ਦੀਆਂ ਚਾਲਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਪਹਿਲਾਂ ਇਹਨਾਂ ਨੇ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ ਉਹਦੇ ਨਾਲ ਸੁਲਹ ਸਫਾਈ ਕੀਤੀ ਅਤੇ ਹੁਣ ਜਸਟਿਸ ਜ਼ੋਰਾ ਸਿੰਘ ਨੂੰ ਨਾਲ ਲੈ ਕੇ ਆਪਣਾ ਸਬੂਤ ਦੇ ਦਿੱਤਾ ਕਿ ਅਸੀਂ ਐਂਟੀ ਸਿੱਖ ਵੀ ਹਾਂ ਅਸੀਂ ਐਂਟੀ ਪੰਜਾਬ ਵੀ ਹਾਂ ਅਸੀਂ ਬਾਦਲਾਂ ਦੇ ਹੱਥ ਠੋਕੇ ਨੂੰ ਆਪਣੀ ਪਾਰਟੀ ਦਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਵਾਂਗੇ ਇਸ ਲਈ ਇਹਦਾ ਸਪਸ਼ਟੀਕਰਨ ਤਾਂ ਉਹਨਾਂ ਨੂੰ ਦੇਣਾ ਹੀ ਬਣਦਾ ਵਾ ਦੂਸਰਾ ਸਾਡੇ ਇੱਕ ਕੁਲੀਗ ਨੇ ਕੱਲ੍ਹ ਵਾਪਸੀ ਕੀਤੀ ਆ ਉਹਦਾ ਬੜਾ ਸ਼ੋਰ ਮਚਾ ਰਹੇ ਨੇ ਕਿ ਬਹੁਤ ਬਲ ਮਿਲ ਗਿਆ ਬਹੁਤ ਸ਼ਕਤੀ ਮਿਲ ਗਈ ਜੈਕਿਸ਼ਨ ਸਿੰਘ ਰੋੜੀ ਸਾਡਾ ਕੁਲੀਗ ਹੈ MLA ਉਹ ਆਏ ਵੀ ਆਪਣੀ ਮਰਜ਼ੀ ਦੇ ਨਾਲ ਅਤੇ 4 ਮਹੀਨਿਆਂ ਬਾਅਦ ਗਏ ਵੀ ਆਪਣੀ ਮਰਜ਼ੀ ਦੇ ਨਾਲ ਔਰ ਉਹਨਾਂ ਦੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸੀਗੀ ਉਹਦੇ 'ਚ ਉਹਨਾਂ ਨੇ ਇਹ ਅਸੀਂ ਕਿਸੇ ਨੇ ਉਹਨਾਂ ਨੂੰ ਕੁਛ ਕਿਹਾ ਨਹੀਂ ਸੀਗਾ ਬਹੁਤ ਜ਼ਿਆਦਾ ਸਖਤ ਸ਼ਬਦਾਂ 'ਚ ਕਿਹਾ ਕਿ ਜਿਹੜਾ ਦਿੱਲੀ ਦਾ ਲੀਡਰ ਹੈ ਮਨੀਸ਼ ਸਿਸੋਡੀਆ ਇਹਦੀ ਧੌਣ ਵਿੱਚ ਕਿੱਲਾ ਵਾ ਸਰੀਆ ਇਹਦੀ ਧੌਣ ਵਿੱਚ ਇਹਦੀ ਧੌਣ 'ਚੋਂ ਸਰੀਆ ਕੱਢਣਾ ਮੈਂ ਹੁਣ ਪਤਾ ਨਹੀਂ ਜਦੋਂ ਉਹਦੇ ਨਾਲ ਜਾ ਕੇ ਖੜੇ ਹੋਏ ਹੋਣੇ ਆ ਉਹ ਸ਼ਬਦ ਉਹਨਾਂ ਨੂੰ ਯਾਦ ਆਏ ਕਿ ਨਹੀਂ ਆਏ ਸ਼ਾਇਦ ਸਰੀਆ ਕੱਢ ਦਿੱਤਾ ਹੋਵੇ ਅਤੇ ਮਨੀਸ਼ ਨੂੰ ਵੀ ਦੱਸਣਾ ਚਾਹੀਦਾ ਕਿ ਕੀ ਉਹਦੀ ਧੌਣ 'ਚ ਸਰੀਆ ਸੀਗਾ ਅਤੇ ਕੀ ਉਹ ਨਿਕਲ ਗਿਆ ਵਾ ਸੋ ਇਸ ਲਈ ਮੈਂ ਇਹਦੇ 'ਤੇ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅੱਜ ਨਫ਼ਰੀ ਦੀ ਗੱਲ ਨਹੀਂ ਗਈ ਅੱਜ ਪੰਜਾਬ ਦੇ ਵਿੱਚ ਇੱਕ ਜੱਦੋਜਹਿਦ ਚੱਲ ਰਹੀ ਆ ਇੱਕ ਦਮਸੁੱਲਾ ਬਣ ਚੁੱਕਾ ਵਾ ਉਹ ਦਿੱਲੀਓਂ ਹਦਾਇਤ ਲੈਂਦਾ ਵਾ ਔਰ ਆਮ ਆਦਮੀ ਪਾਰਟੀ ਦਿੱਲੀਓਂ ਚੱਲਦੀ ਆ ਬਿਕਰਮ ਮਜੀਠੀਆ ਦੇ ਨਾਲ ਸੁਲਹ ਕਰਦੀ ਆ ਮਾਫ਼ੀ ਮੰਗਦੀ ਆ ਅਤੇ ਫਿਰ ਪੰਜਾਬ ਦੇ ਹਿੱਤਾਂ ਦੀ ਰਾਖੀ ਕੌਣ ਕਰੂਗਾ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਭਾਸ਼ਾ ਦੀ ਪੰਜਾਬ ਦੇ ਇਲਾਕਿਆਂ ਦੀ ਪੰਜਾਬ ਦੇ ਚੰਡੀਗੜ੍ਹ ਦੀ ਪੰਜਾਬ ਦੇ ਹਕੂਕ ਦੀ ਕੌਣ ਰਾਖੀ ਕਰੂਗਾ ਇਸ ਲਈ ਇਸ ਵਕਤ ਸਵਾਲ ਇਹ ਹੈ ਸਵਾਲ ਇਹ ਨੇਗਾ ਕਿ ਕੌਣ ਕਿੱਧਰ ਖੜਾ ਕਿੰਨੇ MLA ਨੇ ਕਿ ਪੰਜਾਬ ਦੇ ਹਿੱਤ ਦੀ ਲੜਾਈ ਲੜਨ ਵਿੱਚ ਕਿਸੇ ਦਾ ਦਮ ਹੈ ਅਸੀਂ ਉਹ ਇੱਕ ਅਲਟਰਨੇਟਿਵ ਪੈਦਾ ਕਰਨ ਜਾ ਰਹੇ ਹਾਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਪੰਜਾਬ ਜਮਹੂਰੀ ਗੱਠਜੋੜ ਉਸ ਨਜ਼ਰੀਏ ਨਾਲ ਬਣਾਇਆ ਪੰਜਾਬ ਦੇ ਜਿਨ੍ਹਾਂ ਨੂੰ ਆਪਾਂ ਬਾਗੀ ਕਹਿੰਦੇ ਹਾਂ ਬਾਗੀ MLAs ਲੋਕ ਇਨਸਾਫ਼ ਪਾਰਟੀ ਡਾਕਟਰ ਤਰਨਵੀਰ ਗਾਂਧੀ ਔਰ ਬਹੁਜਨ ਸਮਾਜ ਪਾਰਟੀ ਇਹ ਉੱਧਰ ਨੂੰ ਸਾਡੀ ਇੱਕ ਕੋਸ਼ਿਸ਼ ਔਰ ਉਸ ਕੋਸ਼ਿਸ਼ ਵਿੱਚ ਹੁਣ ਤਿੰਨੇ ਪਾਰਟੀਆਂ ਜਿਹੜੀਆਂ ਨੇ ਉਹ ਔਖੀਆਂ ਨੇ ਕਾਂਗਰਸ ਵੀ ਔਖੀ ਆ ਅਕਾਲੀ ਦਲ BJP ਵੀ ਔਖੀ ਆ ਅਤੇ ਸਾਡੇ ਮਿੱਤਰ ਜਿਹੜੇ ਦਿੱਲੀ ਵਾਲੇ ਉਹ ਬਹੁਤ ਹੀ ਔਖੇ ਆ ਉਹ ਕਿਸੇ ਤਰੀਕੇ ਨਾਲ ਅੜਿੱਕੇ ਪਾ ਰਹੇ ਨੇ ਕਿ ਕਿਸੇ ਤਰੀਕੇ ਨਾਲ ਇਹ ਜਿਹੜਾ ਅਲਾਇੰਸ ਆ ਤੀਸਰਾ ਬਦਲ ਪੰਜਾਬ ਦੇ ਵਿੱਚ ਬਣ ਨਾ ਜਾਵੇ ਉਹਦੇ ਲਈ ਭਾਵਾਂ ਸਾਨੂੰ ਜਸਟਿਸ ਜ਼ੋਰਾ ਸਿੰਘ ਲੈਣਾ ਪਵੇ ਭਾਵਾਂ ਅਕਾਲੀਆਂ ਤੋਂ ਉਧਾਰ ਲੈਣਾ ਪਵੇ ਉਹਨਾਂ ਦਾ ਹੱਥ ਟੁੱਕਾ ਇੱਕ ਮੁਲਾਜ਼ਮ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਬਚਾਇਆ ਜਿਸ ਨੇ ਬਹਿਬਲ ਕਲਾਂ ਦੇ ਕਾਤਲਾਂ ਨੂੰ ਬਚਾਇਆ ਇਹ ਆ ਪੋਲੀਟਿਕਸ ਆਮ ਆਦਮੀ ਪਾਰਟੀ ਦੀ ਕਾਂਗਰਸ ਦੀ ਅਤੇ BJP ਅਤੇ ਅਕਾਲੀ ਦਲ ਇੱਕ ਹੋਰ ਮੈਂ ਵਰਣਨ ਕਰਨਾ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਤੁਸੀਂ ਸਾਰਿਆਂ ਨੇ ਪੜ੍ਹਿਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਫਾਰਮ ਹਾਊਸ ਬਣਾ ਰਹੇ ਨੇ ਨਵਾਂ ਚੰਡੀਗੜ੍ਹ ਸਿਸਵਾਂ ਪਿੰਡ ਵਿੱਚ ਮੁੱਲਾਂਪੁਰ ਦੇ ਲਾਗੇ ਉਹਨਾਂ ਨੇ ਆਪਣੀ ਰਿਹਾਇਸ਼ ਆਪਣੇ ਫਾਰਮ ਹਾਊਸ ਨੂੰ ਬਚਾਉਣ ਵਾਸਤੇ ਸਰਕਾਰੀ ਖਜ਼ਾਨੇ 'ਚੋਂ ਲੱਖਾਂ ਰੁਪਏ ਦਾ ਇੱਕ ਚੈੱਕ ਡੈਮ ਬਣਾ ਰਹੇ ਨੇ ਆਪਣੀ ਬਿਲਕੁਲ ਕੋਠੀ ਦੇ ਉਤਲੇ ਪਾਸੇ ਸਿਸਵਾਂ ਦੇ ਵਿੱਚ ਔਰ ਉਹਦਾ ਵਿਰੋਧ ਜਗੀਰ ਸਿੰਘ ਸਮੇਤ ਬਹੁਤ ਸਾਰੇ ਗਵਾਂਢੀ ਜਿਹੜੇ ਕਿਸਾਨ ਹੈ ਉਹਨਾਂ ਨੇ ਬਹੁਤ ਡੱਟ ਕੇ ਵਿਰੋਧ ਕੀਤਾ ਕਿ ਇਹਦਾ ਸਾਰਾ ਸਾਡੀ ਫਸਲਾਂ ਦੀ ਤਬਾਹੀ ਕਰ ਦੇਵੇਗਾ ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਕੁਝ ਛਿੱਕੇ 'ਤੇ ਟੰਗ ਕੇ ਸਾਰੇ ਕਾਨੂੰਨ ਅਸੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੌਨਫਲਿਕਟ ਆਫ ਇੰਟਰਸਟ ਕਿਉਂਕਿ ਉਹ ਚੀਫ ਮਿਨਿਸਟਰ ਵੀ ਆ ਐਗਰੀਕਲਚਰ ਮਿਨਿਸਟਰ ਵੀ ਆ ਐਗਰੀਕਲਚਰ ਡਿਪਾਰਟਮੈਂਟ ਦਾ ਪੈਸਾ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਾਈਵੇਟ ਰਹਿਸ਼ਗਾਹ ਦੇ ਦੀ ਬਗੀਚੀ ਬਣਾਉਣ ਵਾਸਤੇ ਬਚਾਉਣ ਲਈ ਫੁੱਲ ਬਚਾਉਣ ਵਾਸਤੇ ਕਿਉਂਕਿ ਬਰਸਾਤ ਦਾ ਪਾਣੀ ਇਹਨਾਂ ਦੇ ਇਸ ਫਾਰਮ ਹਾਊਸ ਦੇ ਵਿੱਚੋਂ ਦੀ ਨੋਰਮਲੀ ਲੰਘਦਾ ਸੀਗਾ ਕਿਤੇ ਸਾਡੇ ਫੁੱਲ ਨਾ ਖਰਾਬ ਹੋ ਜਾਣ ਪੰਜਾਬ ਟੱਠੇ ਖੂਹ ਵਿੱਚ ਜਾਂਦਾ ਵਾ ਪੰਜਾਬ ਦੇ ਖਜ਼ਾਨੇ 'ਚੋਂ ਲੱਖਾਂ ਰੁਪਏ ਲਾਤੇ ਜਿਹੜਾ ਖਜ਼ਾਨਾ ਆਲਰੇਡੀ 2.5 ਲੱਖ ਕਰੋੜ ਰੁਪਏ ਤੱਕ ਸੀ ਹੁਣ ਇਸ ਇਸ਼ੂ ਦੇ ਉੱਤੇ ਕੋਈ ਨਹੀਂ ਬੋਲਿਆ ਨਾ ਕੇਜਰੀਵਾਲ ਦੇ ਆਗੂ ਬੋਲੇ ਨਾ ਸੁਖਬੀਰ ਸਿੰਘ ਬਾਦਲ ਬੋਲਿਆ ਨਾ ਭਾਰਤੀ ਜਨਤਾ ਪਾਰਟੀ ਬੋਲੀ ਜੇ ਕੋਈ ਬੋਲਿਆ ਤਾਂ ਕੇਵਲ ਸਾਡੇ ਵਾਲੇ ਨਾਲ ਕਨੈਕਟਡ ਜਿਹੜੇ ਬਾਗੀ MLA ਉਹ ਬੋਲੇ ਕਮਰ ਸਿੰਘ ਸੰਧੂ MLA ਖਰੜ ਨੇ ਇੱਕ ਚਿੱਠੀ ਲਿਖੀ ਕਾਫੀ ਅਰਸਾ ਪਹਿਲਾਂ ਇਸ ਇਸ਼ੂ ਨੂੰ ਲੈ ਕੇ ਮੁੱਖ ਮੰਤਰੀ ਨੂੰ ਉਹਨਾਂ ਨੇ ਮਸਲਾ ਉਠਾਇਆ ਔਰ ਉਸ ਤੋਂ ਬਾਅਦ ਅਸੀਂ ਜਿੱਦਣ ਇੰਡੀਅਨ ਐਕਸਪ੍ਰੈਸ ਫਰੰਟ ਪੇਜ ਸਟੋਰੀ ਆਈ ਕਿ ਅਮਰਿੰਦਰ ਸਿੰਘ ਇਜ਼ ਇੰਡਲਜਿੰਗ ਇਨ ਕੌਨਫਲਿਕਟ ਆਫ ਇੰਟਰਸਟ ਆਪਣੇ ਫਿਲਰੀਆਂ ਚਲਾਉਣੀਆਂ ਦੇ ਨੇਵਰ ਬਰੋਟ ਦਿਸ ਲੋ ਪਰ ਹੈਰਾਨਗੀ ਅਤੇ ਅਫਸੋਸ ਦੀ ਗੱਲ ਹੈ ਕਿ ਕੋਈ ਵਿਰੋਧੀ ਨਹੀਂ ਬੋਲਿਆ ਅਮਰਿੰਦਰ ਸਿੰਘ ਦੇ ਖਿਲਾਫ਼ ਜਾਂ ਤਾਂ ਉਹ ਡਰਦੇ ਨੇ ਅਤੇ ਜਾਂ ਫਿਰ ਉਹ ਮਿਲੀ ਭੁਗਤ ਦੇ ਵਿੱਚ ਨੇ ਇਹ ਸਾਰੀਆਂ ਗੱਲਾਂ ਦੇ ਉੱਤੇ ਤੁਹਾਨੂੰ ਗੌਰ ਕਰਨਾ ਚਾਹੀਦਾ ਪੰਜਾਬ ਦੇ ਸਿਆਸੀ ਹਾਲਾਤ ਤੇਜ਼ੀ ਨਾਲ ਬਦਲ ਰਹੇ ਨੇ 2014 ਦੀ ਲੋਕ ਸਭਾ ਤੇਜ਼ੀ ਨਾਲ ਆਪਣੇ ਸਾਹਮਣੇ ਆ ਰਹੀ ਆ ਔਰ ਇਹ ਰਵਾਇਤੀ ਪਾਰਟੀਆਂ ਇਹ ਕਨਫਿਊਜ਼ ਕਰਨਾ ਚਾਹੁੰਦੀ ਸਾਰੀ ਪੋਲੀਟੀਕਲ ਸਿਚੁਏਸ਼ਨ ਨੂੰ ਕਿ ਕਿਸੇ ਤਰੀਕੇ ਦੇ ਨਾਲ ਕੋਈ ਬਦਲ ਇਸ ਸਾਰੀ ਗੱਲਬਾਤ ਵਿੱਚੋਂ ਕਿਤੇ ਨਿਕਲ ਕੇ ਨਾ ਆ ਜਾਵੇ ਇਸ ਨਜ਼ਰੀਏ ਦੇ ਨਾਲ ਕਦੀ ਜ਼ੋਰਾ ਸਿੰਘ ਨੂੰ ਲੈ ਆਉਂਦੇ ਨੇ ਕਦੀ ਰੋੜੀ ਨੂੰ ਵਾਪਸ ਲੈ ਜਾਂਦੇ ਨੇ ਕਦੀ ਕੋਈ ਹੋਰ ਚਾਲ ਚੱਲਦੇ ਨੇ ਕਦੀ ਦੂਜਿਆਂ ਨੂੰ ਕਨਫਿਊਜ਼ ਕਰਦੇ ਨੇ ਕਦੀ ਕੋਈ ਇਲਜ਼ਾਮ ਲਾਉਂਦੇ ਨੇ
ਸੋ ਮੇਰੇ ਸਤਿਕਾਰਯੋਗ ਵੀਰੋ ਭੈਣੋ ਅਤੇ ਭਰਾਓ ਪੰਜਾਬ ਜਿੱਥੇ ਵੀ ਤੁਸੀਂ ਬੈਠੇ ਹੋ ਦੁਨੀਆ ਭਰ 'ਚ ਕਾਇੰਡਲੀ ਪਲੀਜ਼ ਅੰਡਰਸਟੈਂਡ ਕਿ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਇਹਨਾਂ ਦਾ ਅਸਲ ਮਕਸਦ ਕੀ ਆ ਅਤੇ ਕੌਣ ਕੀ ਚਾਲ ਖੇਡ ਰਿਹਾ ਵਾ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਦਰਮਿਆਨ ਮੈਂ ਅੱਜ ਲਾਈਵ ਹਾਜ਼ਰ ਹੋਇਆ ਸੀਗਾ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਜ਼ੋਰਾ ਸਿੰਘ ਦੀ ਜੋ ਸ਼ੱਕੀ ਬੈਕਗਰਾਊਂਡ ਹੈ, ਡਿਸਕ੍ਰੈਡਿਟਡ ਬੈਕਗਰਾਊਂਡ ਆ, ਤੁਸੀਂ ਸਮਝੋਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਉਹਨੂੰ ਇੱਕ ਇੱਕ ਪੰਜਾਬ ਦੇ ਵਿਰੋਧੀ ਆਦਮੀ ਨੂੰ ਜਿਹੜਾ ਬਾਦਲਾਂ ਦਾ ਹੱਥ ਚੁੱਕਾ ਸੀ ਉਹਨਾਂ ਨੂੰ ਲੈ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ। ਜਾਂ ਮੇਰਾ ਖਿਆਲ ਅਰਵਿੰਦ ਕੇਜਰੀਵਾਲ ਨੂੰ ਪਤਾ ਹੀ ਨਹੀਂਗਾ, ਨਾ ਭਗਵੰਤ ਹੋਣਾ ਨੇ ਉਹਦੇ ਬੈਕਗਰਾਊਂਡ ਬਾਰੇ ਦੱਸਿਆ ਹੀ ਹੋਣਾ ਵੀ ਕੌਣ ਆ ਇਹ, ਬਾਦਲਾਂ ਦਾ ਸੀ ਆਦਮੀ, ਇਸਨੇ ਕੀ ਕੰਮ ਕੀਤਾ, ਇਸਨੇ ਕਿੱਦਾਂ ਪੁਲਿਸ ਵਾਲੇ ਬਚਾਏ, ਇਹ ਸਾਰਾ ਕੁਝ ਤੁਹਾਡੀ ਪਬਲਿਕ ਡੋਮੇਨ ਵਿੱਚ ਲਿਆਉਣ ਵਾਸਤੇ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ।